ਜਿਹੜਾ ਇਹਨਾਂ ਦਾ ਸਿਕਿਉਰਿਟੀ ਅਲਾਰਮ ਸਿਸਟਮ ਸੀਗਾ ਜਿਵੇਂ ਕੋਈ ਬੰਦਾ ਥੰਬਪ੍ਰਿੰਟ ਆਪਣੇ ਥੰਬ ਇੰਪ੍ਰੈਸ਼ਨ ਤੋਂ ਜਾਂ ਕਾਰਡ ਦੀ ਮਦਦ ਨਾਲ ਐਂਟਰ ਕਰ ਸਕਦਾ ਸੀਗਾ ਉਹ ਇੰਨਾ ਜ਼ਿਆਦਾ ਮਤਲਬ ਡਿਫੰਕਟ ਸੀਗਾ ਕਿ ਜਿਹੜੇ ਬੰਦੇ ਖੋ ਕਰਨੇ ਆਏ ਸੀਗੇ ਆਰਾਮ ਨਾਲ ਉਹ ਤਾਰ ਨੂੰ ਕੱਟ ਕੇ ਵਾਇਰ ਕੱਟ ਕਰਕੇ ਉਹਨਾਂ ਨੇ ਅੰਦਰ ਚਲ ਗਏ ਅਤੇ ਜਿਹੜੇ ਟੇਬਲ 'ਤੇ ਇਸ CMS ਕੰਪਨੀ ਨੂੰ ਆਪ ਨੂੰ ਨਹੀਂ ਪਤਾ ਸੀਗਾ ਇਹਨਾਂ ਨੇ ਸਾਨੂੰ ਇੱਕ ਅਮਾਊਂਟ ਦੱਸਿਆ 10 ਕਰੋੜ ਦੇ ਕਰੀਬ ਜਿਹੜਾ ਇਹ ਸਾਨੂੰ ਲੱਗਦਾ ਹੈ ਕਿ ਉਹ ਲੁੱਟ ਕੇ ਲੈ ਗਏ। ਇੱਕ ਤਾਂ ਨਾ ਇਹਨਾਂ ਦਾ ਜਿਹੜਾ ਗੇਟ ਹੈ ਉਹ ਇੱਕ ਬਹੁਤ ਹੀ ਸਟਰੋਂਗ ਗੇਟ ਨਹੀਂ ਹੈ, ਇਹਨਾਂ ਦੀ ਜਿਹੜੀ ਚਾਰ ਦੀਵਾਰੀ ਹੈ ਜਿਹੜੀ ਇਹਨਾਂ ਨੇ ਕੀਤੀ ਹੋਈ ਹੈ ਉਹ ਵੀ ਜੇ ਆਪਾਂ ਕਹੀਏ ਬਿਲਕੁਲ ਜਿਹੜੇ ਸਿਕਿਉਰਿਟੀ ਪੈਰਾਮੀਟਰਸ ਉਹਨੂੰ ਮੀਟ ਨਹੀਂ ਕਰਦੀ। ਅਤੇ ਇਹਨਾਂ ਦੇ ਜਿਹੜੇ ਜਿੱਥੇ ਮੇਨ ਕੈਸ਼ ਪਿਆ ਜਿੱਥੇ ਸਾਰਾ ਕੁਝ ਹੈਗਾ ਉੱਥੇ ਜਿਹੜੀ ਇਹਨਾਂ ਨੇ ਜਿਹੜੇ ਸਿਕਿਉਰਿਟੀ ਗਾਰਡ ਸੀਗੇ ਜਦੋਂ ਅਸੀਂ ਇਨਵੈਸਟੀਗੇਸ਼ਨ ਕੀਤੀ ਜਦੋਂ ਅਸੀਂ ਸਾਰੀ ਕੁਝ ਪੁੱਛਗਿੱਛ ਕੀਤੀ ਸਾਨੂੰ ਪਤਾ ਲੱਗਿਆ ਉਹ ਜਿਹੜੇ ਸਿਕਿਉਰਿਟੀ ਗਾਰਡ ਸੀਗੇ ਉਹ ਆਲਰੇਡੀ ਆਰਮਡ ਸੀਗੇ, ਉਹਨਾਂ ਕੋਲ ਵੈਪਨ ਸੀਗੇ 12 ਬੋਰ ਸੀਗੇ, ਲੇਕਿਨ ਉਹ ਆਲਰੇਡੀ ਓਵਰਵਰਕਡ ਸੀ, ਉਹਨਾਂ ਦੀ ਸਵੇਰ ਦੀ ਸ਼ਿਫਟ ਸੀਗੀ ਲੇਕਿਨ ਉਹ ਓਵਰ ਵਰਕ ਕਰ ਰਹੇ ਸੀਗੇ, ਨਾਈਟ ਦੀ ਸ਼ਿਫਟ ਵੀ ਉਹ ਰਿਪੀਟ ਕਰ ਰਹੇ ਸੀਗੇ ਅਤੇ ਜਦੋਂ ਸਾਰੀ ਵਾਰਦਾਤ ਹੋਈ ਉਹ ਫਾਇਰ ਵੀ ਨਹੀਂ ਕਰ ਸਕੇ। ਜਿਵੇਂ ਬੈਂਕਾਂ ਦਾ ਕੈਸ਼ ਹੁੰਦਾ ਹੈ ਉਹਨਾਂ ਦੇ ATMs ਦੇ ਵਿੱਚ ਉਹਨਾਂ ਨੂੰ ਫੀਡ ਕਰਨਾ ਅਤੇ ਇਸ ਤਰੀਕੇ ਦੀ ਸਰਵਿਸਿਜ਼ ਪ੍ਰੋਵਾਈਡ ਕਰਦੇ, ਉਹ ਸਿਕਿਉਰਿਟੀ ਗਾਰਡ ਦੇ ਹੀ ਨੇ, ਇਹਨਾਂ ਦੇ ਹੀ ਨੇ, ਦੋ ਇਹਨਾਂ ਦੇ ਨੇ, ਇਹ ਖਾਲੀ ਅਸੀਂ ਤਸਦੀਕ ਕਰ ਰਹੇ ਹਾਂ। ਬੇਸਿਕਲੀ ਜੀ ਇਹ ਗੱਲ ਜਿਹੜੀ ਰਾਤ 10 ਜੂਨ ਦੇ ਰਾਤ ਦੀ ਗੱਲ ਹੈ, ਰਾਤ ਨੂੰ ਕਰੀਬ 2 ਵਜੇ ਤੋਂ ਲੈ ਕੇ 3:30 ਵਜੇ ਦੇ ਵਿੱਚ ਕਰੀਬ 8 ਤੋਂ 9 ਬੰਦੇ ਇੱਥੇ ਆਏ ਸੀਗੇ ਜਿਨ੍ਹਾਂ ਦੇ ਮੂੰਹ ਜਿਹੜੇ ਹੈਗੇ ਆ ਲੱਗਦਾ ਹੈ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸੀਗੇ ਅਤੇ ਉਹ ਇੱਥੇ ਇਹਨਾਂ ਦੀ ਜਿਹੜੀ ਕੰਪਨੀ ਹੈਗੀ ਆ CMS ਕੰਪਨੀ, ਮੈਂ CMS ਕੰਪਨੀ ਦੇ ਬਾਰੇ ਦੱਸਣਾ ਚਾਹੁੰਦਾ ਸਭ ਤੋਂ ਪਹਿਲਾਂ। ਜਿਹੜੀ CMS ਕੰਪਨੀ ਹੈ ਇਹ ਬੇਸਿਕਲੀ ਜਿਹੜੇ ਬੈਂਕ ਹੁੰਦੇ ਆ ਔਰ ਜਿਹੜੇ ਬਾਕੀ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਹੁੰਦੇ ਆ ਇਹਨਾਂ ਨੂੰ ਇਹ ਲੌਜਿਸਟਿਕਸ ਅਤੇ ਟੈਕਨੀਕਲ ਸਪੋਰਟ ਪ੍ਰੋਵਾਈਡ ਕਰਦੇ ਆ, ਜਿਵੇਂ ਬੈਂਕਾਂ ਦਾ ਕੈਸ਼ ਹੁੰਦਾ ਹੈ ਉਹਨਾਂ ਦੇ ATMs ਦੇ ਵਿੱਚ ਉਹਨਾਂ ਨੂੰ ਫੀਡ ਕਰਨਾ ਅਤੇ ਇਸ ਤਰੀਕੇ ਦੀ ਸਰਵਿਸਿਜ਼ ਪ੍ਰੋਵਾਈਡ ਕਰਦੇ। ਜਿਸ ਅਮਾਊਂਟ ਦਾ ਇਹ ਕੰਪਨੀ ਜਿਹੜਾ ਕੈਸ਼ ਡੀਲ ਕਰਦੀ ਹੈ ਹੈਂਡਲ ਕਰਦੀ ਹੈ, ਜੇ ਆਪਾਂ ਉਹਦੀ ਗੱਲ ਕਰੀਏ ਉਸ ਤਰੀਕੇ ਦੀ ਜਿਹੜੀ ਇੱਕ ਸਿਕਿਉਰਿਟੀ ਹੈਗੀ ਆ, ਇੱਕ ਬਹੁਤ ਹੀ ਵੱਡਾ ਲੈਪਸ ਇਸ ਕੰਪਨੀ ਦਾ ਆ ਜਿਹੜਾ ਪ੍ਰਮਾਈਸਿਸ ਜਿੱਥੇ ਕੈਸ਼ ਹੈਂਡਲ ਹੁੰਦਾ ਸੀ ਉੱਥੇ ਸੀਗਾ। ਇੱਕ ਤਾਂ ਨਾ ਇਹਨਾਂ ਦਾ ਜਿਹੜਾ ਗੇਟ ਹੈ ਉਹ ਇੱਕ ਬਹੁਤ ਹੀ ਸਟਰੋਂਗ ਗੇਟ ਨਹੀਂ ਹੈ, ਇਹਨਾਂ ਦੀ ਜਿਹੜੀ ਚਾਰ ਦੀਵਾਰੀ ਹੈ ਜਿਹੜੀ ਇਹਨਾਂ ਨੇ ਕੀਤੀ ਹੋਈ ਹੈ ਉਹ ਵੀ ਜੇ ਆਪਾਂ ਕਹੀਏ ਬਿਲਕੁਲ ਜਿਹੜੇ ਸਿਕਿਉਰਿਟੀ ਪੈਰਾਮੀਟਰਸ ਉਹਨੂੰ ਮੀਟ ਨਹੀਂ ਕਰਦੀ। ਅਤੇ ਇਹਨਾਂ ਦੇ ਜਿਹੜੇ ਜਿੱਥੇ ਮੇਨ ਕੈਸ਼ ਪਿਆ ਜਿੱਥੇ ਸਾਰਾ ਕੁਝ ਹੈਗਾ ਉੱਥੇ ਜਿਹੜੀ ਇਹਨਾਂ ਨੇ ਜਿਹੜੇ ਸਿਕਿਉਰਿਟੀ ਗਾਰਡ ਸੀਗੇ ਜਦੋਂ ਅਸੀਂ ਇਨਵੈਸਟੀਗੇਸ਼ਨ ਕੀਤੀ ਜਦੋਂ ਅਸੀਂ ਸਾਰੀ ਕੁਝ ਪੁੱਛਗਿੱਛ ਕੀਤੀ ਸਾਨੂੰ ਪਤਾ ਲੱਗਿਆ ਉਹ ਜਿਹੜੇ ਸਿਕਿਉਰਿਟੀ ਗਾਰਡ ਸੀਗੇ ਉਹ ਆਲਰੇਡੀ ਆਰਮਡ ਸੀਗੇ, ਉਹਨਾਂ ਕੋਲ ਵੈਪਨ ਸੀਗੇ 12 ਬੋਰ ਸੀਗੇ, ਲੇਕਿਨ ਉਹ ਆਲਰੇਡੀ ਓਵਰਵਰਕਡ ਸੀ, ਉਹਨਾਂ ਦੀ ਸਵੇਰ ਦੀ ਸ਼ਿਫਟ ਸੀਗੀ ਲੇਕਿਨ ਉਹ ਓਵਰ ਵਰਕ ਕਰ ਰਹੇ ਸੀਗੇ, ਨਾਈਟ ਦੀ ਸ਼ਿਫਟ ਵੀ ਉਹ ਰਿਪੀਟ ਕਰ ਰਹੇ ਸੀਗੇ ਅਤੇ ਜਦੋਂ ਸਾਰੀ ਵਾਰਦਾਤ ਹੋਈ ਉਹ ਫਾਇਰ ਵੀ ਨਹੀਂ ਕਰ ਸਕੇ। ਅਤੇ ਅਦਰ ਦੈਨ ਦਿਸ ਇਹਨਾਂ ਦੇ ਇੱਥੇ ਜਿਹੜੇ DVR ਲੱਗੇ ਹੋਏ ਸੀਗੇ, DVR ਇਹਨਾਂ ਨੇ ਰੱਖੇ ਜ਼ਰੂਰ ਸੀਗੇ ਬਟ ਇਹਨਾਂ ਦੇ ਜਿਹੜੇ DVR ਸੀਗੇ ਜਿਹੜੇ ਬੰਦੇ ਖੋ ਕਰਨੇ ਆਏ ਸੀਗੇ ਉਹ ਉਹ DVRs ਨੂੰ ਪੁੱਟ ਕੇ ਲੈ ਗਏ, ਜਿਸ ਕਰਕੇ ਮੌਕੇ ਦੀ ਵੀਡੀਓ ਫੁਟੇਜ ਹੈ ਉਹ ਸਾਨੂੰ ਨਹੀਂ ਮਿਲ ਸਕੀ। ਉਸ ਤੋਂ ਇਲਾਵਾ ਜਿਹੜਾ ਇਹਨਾਂ ਦਾ ਸਿਕਿਉਰਿਟੀ ਅਲਾਰਮ ਸਿਸਟਮ ਸੀਗਾ, ਜਿਵੇਂ ਕੋਈ ਬੰਦਾ ਥੰਬਪ੍ਰਿੰਟ ਆਪਣੇ ਥੰਬ ਇੰਪ੍ਰੈਸ਼ਨ ਤੋਂ ਜਾਂ ਕਾਰਡ ਦੀ ਮਦਦ ਨਾਲ ਐਂਟਰ ਕਰ ਸਕਦਾ ਸੀਗਾ ਉਹ ਇੰਨਾ ਜ਼ਿਆਦਾ ਮਤਲਬ ਡਿਫੰਕਟ ਸੀਗਾ ਕਿ ਜਿਹੜੇ ਬੰਦੇ ਖੋ ਕਰਨੇ ਆਏ ਸੀਗੇ ਆਰਾਮ ਨਾਲ ਉਹ ਤਾਰ ਨੂੰ ਕੱਟ ਕੇ ਵਾਇਰ ਕੱਟ ਕਰਕੇ ਉਹਨਾਂ ਨੇ ਅੰਦਰ ਚਲ ਗਏ ਅਤੇ ਜਿਹੜੇ ਟੇਬਲ 'ਤੇ ਜਿਹੜਾ ਸਾਰਾ ਕੁਝ ਕੈਸ਼ ਪਿਆ ਸੀਗਾ ਉਹ ਸਾਰਾ ਕੁਝ ਚੱਕ ਕੇ ਲੈ ਗਏ। ਅਤੇ ਗੱਲ ਹੈਗੀ ਹੈ ਰਾਤ ਦੇ 10 ਜੂਨ ਦੀ ਰਾਤ ਦੇ 2 ਤੋਂ 3:30 ਵਜੇ ਦੇ ਵਿੱਚ ਕਰੀਬ 8-9 ਬੰਦੇ ਇੱਥੇ ਆਏ, ਰਾਤ ਨੂੰ ਇਹਨਾਂ ਦੇ ਇੱਥੇ 5 ਬੰਦੇ ਮੌਜੂਦ ਸੀਗੇ ਜਿਹਦੇ ਵਿੱਚ ਇੱਕ ਬੰਦਾ ਸੀਗਾ ਸਿਕਿਉਰਿਟੀ ਗਾਰਡ ਜਿਹੜਾ ਕਿ ਆਫ ਡਿਊਟੀ ਸੀਗਾ, 2 ਸਿਕਿਉਰਿਟੀ ਗਾਰਡ ਪਰਮਦੀਨ ਖਾਨ ਅਤੇ ਇੱਕ ਔਰ ਇੱਥੇ ਔਨ ਡਿਊਟੀ ਸੀਗੇ ਅਤੇ 2 ਬੰਦੇ ਅੰਦਰ ਕੈਸ਼ ਦੀ ਕਾਊਂਟਿੰਗ ਕਰ ਰਹੇ ਸੀ। ਕਿੰਨੀ ਅਮਾਊਂਟ ਕਿੰਨੀ? ਦੇਖੋ ਇਹਦੇ ਵਿੱਚ ਵੀ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦਾ ਜਦੋਂ ਕਰੀਬ 6:15 ਵਜੇ ਪੁਲਿਸ ਨੂੰ ਇਤਲਾਹ ਮਿਲੀ ਅਤੇ ਇਸ CMS ਕੰਪਨੀ ਨੂੰ ਆਪ ਨੂੰ ਨਹੀਂ ਪਤਾ ਸੀਗਾ, ਇਹਨਾਂ ਨੇ ਸਾਨੂੰ ਇੱਕ ਅਮਾਊਂਟ ਦੱਸਿਆ ਕਰੀਬ 10 CR ਦੇ ਕਰੀਬ ਦਾ ਕਿ 10 ਕਰੋੜ ਦੇ ਕਰੀਬ ਜਿਹੜਾ ਇਹ ਸਾਨੂੰ ਲੱਗਦਾ ਹੈ ਕਿ ਉਹ ਲੁੱਟ ਕੇ ਲੈ ਗਏ। ਉਸ ਤੋਂ ਥੋੜ੍ਹੀ ਦੇਰ ਬਾਅਦ ਇਹ ਪੂਰੇ ਦਿਨ ਕਾਊਂਟਿੰਗ ਕਰਦੇ ਰਹੇ ਅਤੇ ਪਹਿਲਾਂ ਇਹਨਾਂ ਨੇ ਫਿਰ 10 ਤੋਂ ਬਾਅਦ 11 ਕਰੋੜ ਦੱਸਿਆ, ਫਿਰ ਇਹਨਾਂ ਨੇ ਕਿਹਾ ਜੀ ਨਹੀਂ ਜੀ 4-4.5 ਕਰੋੜ ਸਾਡੇ ਕੋਲ ਹੈਗੇ ਆ ਅਤੇ ਕਰੀਬ ਜਿਹੜਾ ਇਹ 7 ਕਰੋੜ ਦੇ ਕਰੀਬ ਉਹ ਲੈ ਗਏ, ਲੇਕਿਨ ਫਾਈਨਲੀ ਸ਼ਾਮ ਹੁੰਦੇ ਹੁੰਦੇ ਇਹਨਾਂ ਨੇ ਸਾਨੂੰ 8 ਕਰੋੜ 49 ਲੱਖ ਰੁਪਏ, ਮੈਂ ਦੁਬਾਰਾ ਰਿਪੀਟ ਕਰਦਾ, 8 ਕਰੋੜ 49 ਲੱਖ ਰੁਪਏ ਜਿਹੜੇ ਹੈ ਇਹਨਾਂ ਨੇ ਸਾਨੂੰ ਦੱਸੇ ਹੈ ਜਿਹੜੇ ਕਿ ਰਾਤ ਨੂੰ ਖੋ ਕਰਨੇ ਜਿਹੜੇ ਵਿਅਕਤੀ ਆਏ ਸੀਗੇ ਉਹ ਇੱਥੋਂ ਆ ਚੁੱਕੇ ਲਏ। ਅਤੇ ਉਸ ਤੋਂ ਬਾਅਦ ਜਦੋਂ ਸਾਨੂੰ ਕਰੀਬ 6:15 ਵਜੇ ਇਤਲਾਹ ਮਿਲੀ ਅਤੇ ਮੌਕੇ 'ਤੇ ਇੱਥੇ ਆਪਣੇ ਜਿਹੜੇ SHO ਸਾਹਿਬ, SHO ਸਰਾਭਾ ਨਗਰ ਅਤੇ ਜਿੰਨੇ ਵੀ ਸੀਨੀਅਰ ਅਫਸਰ ਹੈਗੇ ਆ, ਆਪ ਕਮਿਸ਼ਨਰ ਸਾਹਿਬ ਆਪ ਵੀ ਆਏ ਸੀਗੇ, ਸਾਰਿਆਂ ਨੇ ਇੱਥੇ ਮੌਕਾ ਮਿਲਾ ਸਕਦਾ ਅਤੇ ਸਾਰੀ ਚੀਜ਼ ਨੂੰ ਇਕੱਲੀ ਚੀਜ਼ ਨੂੰ ਡਿਟੇਲਡ ਤਰੀਕੇ ਨਾਲ ਦੇਖਿਆ ਅਤੇ ਅਸੀਂ ਸਾਡੇ ਵੱਲੋਂ ਕਰੀਬ 10 ਟੀਮਾਂ ਜਿਹੜੀ ਹੈਗੀਆਂ ਉਹ ਬਣਾਈਆਂ ਗਈਆਂ ਨੇ, ਇਹਦੇ ਵਿੱਚ ਆਪਣੀ CIA ਦੀ ਟੀਮਸ ਹੋ ਗਈ, ਆਪਣੇ ਥਾਣਿਆਂ ਦੀ ਟੀਮ ਹੋ ਗਈ, ਸਾਰੀ ਵੱਖ ਵੱਖ ਟੀਮਾਂ ਵੱਖ ਵੱਖ ਐਂਗਲਾਂ 'ਤੇ ਵਰਕ ਕਰ ਰਹੀਆਂ।
ਜਿਹੜੇ ਟੈਕਨੀਕਲ ਅਸਿਸਟੈਂਸ ਹੈਗਾ ਜਿਵੇਂ ਟੈਕਨੀਕਲ ਇਨਵੈਸਟੀਗੇਸ਼ਨ ਹੁੰਦੀ ਹੈ ਜਿਹਦੇ ਵਿੱਚ ਕਈ ਗੱਲਾਂ ਹੁੰਦੀਆਂ ਉੱਤੇ ਵੱਖਰੀ ਟੀਮਾਂ ਵਰਕ ਕਰ ਰਹੀਆਂ ਨੇ ਅਤੇ ਜਿਹੜੇ ਇੱਕ ਔਰ ਜਿਹੜੀ ਜਿਹੜਾ ਮੇਜਰ ਐਂਗਲ ਹੈਗਾ ਜਿਵੇਂ ਇਸ ਕੰਪਨੀ ਦੇ ਜਿਹੜੇ ਬਰਖਾਸਤ ਜਾਂ ਜਿਹਨਾਂ ਨੇ ਜੋ ਰਿਜ਼ਾਈਨ ਕਰਕੇ ਚਲੇ ਗਏ ਪਿਛਲੇ ਕੁਛ ਸਮਾਂ ਦੇ ਵਿੱਚ ਉਹਨਾਂ ਨੂੰ ਆਪਣੀ ਟੀਮਾਂ ਚੈੱਕ ਕਰ ਰਹੀਆਂ ਅਤੇ ਜਿਹੜੇ ਮੌਜੂਦਾ ਵੀ ਸਟਾਫ ਵਰਕਰਸ ਹੈਗੇ ਆ ਉਹਨਾਂ ਨੂੰ ਵੀ ਅਸੀਂ ਚੈੱਕ ਕਰ ਰਹੇ ਹਾਂ ਇਸੀ ਕੜੀ ਦੇ ਵਿੱਚ। ਹਾਂ ਇਸੀ ਕੜੀ ਦੇ ਵਿੱਚ ਅਸੀਂ ਇਸੀ ਕੜੀ ਦੇ ਵਿੱਚ ਅਸੀਂ ਸ਼ਹਿਰ ਦੇ ਵਿੱਚ ਜਿੱਥੇ ਜਿੱਥੇ ਸਾਨੂੰ ਲੱਗ ਰਿਹਾ ਹੈ ਇਹਨਾਂ ਦਾ ਟ੍ਰੇਲ ਹੈਗਾ ਉਹ ਅਸੀਂ ਚੈੱਕ ਕਰ ਰਹੇ ਹਾਂ। ਅਤੇ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਕਿ ਜਿਹੜਾ ਵੀ ਬੰਦਾ ਸਾਨੂੰ ਲੱਗਦਾ ਹੈ ਉਹਦਾ ਇਹਦੇ ਵਿੱਚ ਕਿਸੇ ਵੀ ਤਰੀਕੇ ਦਾ ਇਨਵੋਲਵਮੈਂਟ ਹੋ ਸਕਦਾ, ਜ਼ਰੂਰੀ ਨਹੀਂ ਹੈ ਉਹ ਸਸਪੈਕਟ ਹੋ, ਲੇਕਿਨ ਉਹ ਇਸ ਕੇਸ ਦੇ ਇਸ ਕੇਸ ਨੂੰ ਕਰੈਕ ਕਰਨ ਲਈ ਟੋਲ ਪਲਾਜ਼ਾ ਦੀ ਸੀਸੀਟੀਵੀ ਟੋਕਾ ਜਾਂ ਕੋਈ ਰਿਕਵਰੀ ਦੇ ਹੱਥ ਉੱਤੇ ਨਸ਼ੇ ਫੜੇ ਗਏ ਕੋਈ ਚੈਨਲ ਟੋਟਲ ਟੋਟਲ ਕਿੰਨੇ ਰਾਊਂਡ ਅਪ ਸਰ ਲੋਕ ਕੀਤੇ ਗਏ ਨੇ ਜੀ? ਮੈਂ ਉਹੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਆਪਾਂ ਰਾਊਂਡ ਅਪ ਵਰਡ ਨਹੀਂ ਇਸਤੇਮਾਲ ਕਰਾਂਗੇ, ਜਿਹੜਾ ਵੀ ਬੰਦਾ ਸਾਨੂੰ ਲੱਗਦਾ ਹੈ ਕਿ ਇਸ ਇਨਵੈਸਟੀਗੇਸ਼ਨ ਨੂੰ ਫਰਦਰ ਅਸਿਸਟ ਕਰਨ ਲਈ ਸਾਨੂੰ ਕਿਸੇ ਵੀ ਤਰੀਕੇ ਦੀ ਇਸ ਕੇਸ ਨੂੰ ਕਰੈਕ ਕਰਨ ਲਈ ਹੈਲਪ ਕਰ ਸਕਦਾ ਹੈ, ਜ਼ਰੂਰੀ ਨਹੀਂ ਉਹ ਸਸਪੈਕਟ ਹੋ, ਉਹ ਹੋ ਸਕਦਾ ਹੈ ਸਾਨੂੰ ਕਿਸੇ ਤਰੀਕੇ ਦੀ ਮਦਦ ਪ੍ਰੋਵਾਈਡ ਕਰੇ, ਕਿਸੇ ਤਰੀਕੇ ਦਾ ਕੋਈ ਅੱਗੇ ਦਾ ਕੋਈ ਫਰਦਰ ਲੀਡ ਪ੍ਰੋਵਾਈਡ ਕਰੇ ਅਤੇ ਉਹਨੂੰ ਅਸੀਂ ਕਾਲ ਕਰ ਰਹੇ ਹਾਂ। ਕੱਲ੍ਹ ਤੋਂ ਅਸੀਂ ਕਾਫੀ ਬੰਦਿਆਂ ਨੂੰ ਜਿਹੜਾ ਹੈਗਾ ਇਸ ਤਰੀਕੇ ਨਾਲ ਕਾਲ ਕਰ ਚੁੱਕੇ ਹਾਂ, ਅੱਗੇ ਵੀ ਅਸੀਂ ਫਰਦਰ ਕਰਦੇ ਰਹਾਂਗੇ। ਕੋਟਕਪੁਰਾ ਤੋਂ 3 ਬੰਦਿਆਂ ਨੇ ਕਿਸੇ ਨੂੰ ਗ੍ਰਿਫਤਾਰ ਕੀਤਾ? ਨਹੀਂ ਇਹ ਜੀ ਬਿਲਕੁਲ ਜੀ ਗਲਤ ਖਬਰ ਹੈ ਜੀ, ਇਹ ਇੱਕ ਬਿਲਕੁਲ ਹੀ ਕਿਸੇ ਜਿਸ ਵੀ ਮਤਲਬ ਬੰਦੇ ਨੇ ਖਬਰ ਚਲਾਈ, ਮੈਂ ਉਹਨੂੰ ਰਿਕੁਐਸਟ ਅਤੇ ਅਪੀਲ ਕਰਦਾ ਵਿਦਆਊਟ ਆਫੀਸ਼ੀਅਲ ਜਿਹੜਾ ਹੈ ਕਿਸੇ ਅਫਸਰ ਨਾਲ ਗੱਲ ਕਰੇ ਕਿਸੇ ਨਾਲ ਗੱਲ ਕਰੇ ਇੱਦਾਂ ਦੀ ਖਬਰ ਨਾ ਚਲਾਏ ਕਿਸੇ ਨੂੰ ਵੀ ਹਾਲੇ ਤੱਕ। ਇੱਕ ਸੈਕਿੰਡ, ਕਿਸੇ ਦੀ ਵੀ ਹਾਲੇ ਤੱਕ ਜਿਹੜੀ ਹੈ ਕਿਸੇ ਨੂੰ ਵੀ ਰਾਊਂਡ ਅਪ ਆਰਐਸ ਨਹੀਂ ਕੀਤਾ ਗਿਆ, ਬੰਦਿਆਂ ਨੂੰ ਜ਼ਰੂਰ ਅਸੀਂ ਲਾ ਰਹੇ ਹਾਂ ਜਿਨ੍ਹਾਂ ਦੀ ਅਸੀਂ ਕੁਐਸਚਨਿੰਗ ਕਰ ਰਹੇ ਹਾਂ ਤਾਂ ਕਿ ਸਾਡੀ ਜਿਹੜੀ ਇਨਵੈਸਟੀਗੇਸ਼ਨ ਹੈ ਕਿਸੇ ਪਾਸੇ ਜਾ ਸਕੇ। ਸਰ ਇੱਕ ਟੋਲ ਪਲਾਜ਼ੇ ਦੀ ਸੀਸੀਟੀਵੀ ਜੋ ਟੋਲ ਪਲਾਜ਼ੇ ਸੀਸੀਟੀਵੀ ਮਿਲੀ ਹੈ ਉਸ ਦਾ ਕੀ ਹੈ ਪੂਰਾ ਜੋ ਟੋਲ ਸੀਸੀਟੀਵੀ ਜੋ ਦੋ ਗਾੜੀ ਉਤਾਰੇ ਉਸਕੀ? ਦੇਖੋ ਜੀ ਉਸ ਬਾਰੇ ਹਲੇ ਅਸੀਂ ਤਸਦੀਕ ਕਰ ਰਹੇ ਹਾਂ, ਫਿਲਹਾਲ ਇਸ ਮੌਕੇ ਕੁਝ ਵੀ ਕਨਫਰਮੇਟਰੀ ਕਹਿਣਾ ਜਿਹੜਾ ਹੈ ਠੀਕ ਨਹੀਂ ਰਹੇਗਾ। ਆਪਣੀ ਟੀਮਾਂ ਜਿਹੜੀ ਹੈਗੀਆਂ ਕੱਲੀ ਫੁਟੇਜ ਕੱਲੇ ਜਿਹੜੇ ਹਰ ਟੈਕਨੀਕਲ ਪਹਿਲੂ 'ਤੇ ਸਾਡੀਆਂ ਟੀਮਾਂ ਕੰਮ ਕਰ ਰਹੀਆਂ ਨੇ, ਜਦੋਂ ਵੀ ਸਾਨੂੰ ਕੋਈ ਮੇਜਰ ਕੁਝ ਮਿਲੇਗਾ ਬ੍ਰੇਕ ਥਰੂ ਹੋਏਗਾ ਤੁਹਾਡੇ ਨਾਲ ਸਾਰਾ। ਮੈਂ ਜੀ ਪਹਿਲੇ ਵੀ ਆਲਰੇਡੀ ਦੱਸ ਚੁੱਕਿਆ ਜੀ ਕਿਸੇ ਵੀ ਬੰਦੇ ਦੀ ਹਾਲੇ ਤੱਕ ਅਰੈਸਟ ਨਹੀਂ ਹੋਈ, ਨੋਟ ਆ ਸਿਵਨ ਅ ਸਿੰਗਲ ਪਰਸਨ, ਲੇਕਿਨ ਅਸੀਂ ਬੰਦਿਆਂ ਨੂੰ ਜ਼ਰੂਰ ਕਾਲ ਕੀਤਾ ਹੈ, ਉਹਨਾਂ ਦੀ ਅਸੀਂ ਕੁਐਸਚਨਿੰਗ ਕਰ ਰਹੇ ਹਾਂ ਜੀ। ਅਸੀਂ ਜਿਹੜੇ ਸਾਨੂੰ ਲੱਗ ਰਿਹਾ, ਇੱਕ ਤਾਂ ਸਾਨੂੰ ਇਹ ਪਤਾ ਲੱਗਿਆ ਜੀ ਕਿੱਥੋਂ ਉਹਨਾਂ ਦਾ ਜਿਹੜਾ ਇਹ ਟਰੈਕ ਮੂਵਮੈਂਟ ਜਿਹੜਾ ਕਿੱਥੋਂ ਆ ਰਹੇ ਹੈ, ਉਹ ਮੂਵਮੈਂਟ ਜਿਹੜਾ ਇਹ ਕਾਫੀ ਹੱਦ ਤੱਕ ਸਾਡੀ ਟੀਮਾਂ ਅੱਗੇ ਚੱਲ ਗਈਆਂ ਨੇ, ਪਹਿਲੀ ਚੀਜ਼। ਦੂਜੀ ਚੀਜ਼ ਸਾਨੂੰ ਸਾਡੇ ਕੋਲ ਜਿਹੜੀ ਹੈਗੀ ਹੈ ਕਿ ਜਿਹੜੇ ਬੰਦਿਆਂ ਦਾ ਜ਼ਰੂਰੀ ਨਹੀਂ ਹੈ ਇਹਦੇ ਲੁੱਟਿਆ ਖੋਹ ਦੇ ਵਿੱਚ ਉਹਨਾਂ ਦਾ ਇਨਵੋਲਵਮੈਂਟ ਹੋ, ਬਟ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਇਨਫੋਰਮੇਸ਼ਨ ਹੈ, ਉਹਨਾਂ ਨੂੰ ਅਸੀਂ ਰੈਗੂਲਰਲੀ ਲਾ ਕੇ ਅਤੇ ਉਹਨਾਂ ਦੀ ਕੁਐਸਚਨਿੰਗ ਕਰ ਰਹੇ ਹਾਂ। ਕੱਲ੍ਹ ਤੱਕ ਜੇ ਕਰੀਬ ਅਸੀਂ 20 ਤੋਂ 25 ਬੰਦੇ ਕੱਲ੍ਹ ਵੀ ਅਸੀਂ ਉਹਨਾਂ ਦੀ ਪੁੱਛਗਿੱਛ ਕੀਤੀ ਹੈ ਅਤੇ ਹੁਣ ਵੀ ਸਾਡੀ ਟੀਮਾਂ ਜਿਹੜੀਆਂ ਹੈਗੀਆਂ ਪੁੱਛਗਿੱਛ ਕਰ ਰਹੀਆਂ ਨੇ। ਜਿਹੜੇ ਮੈਂ ਤੁਹਾਨੂੰ ਆਹੀ ਦੱਸ ਰਿਹਾ ਕਿ ਕੱਲ੍ਹ ਅਸੀਂ ਕਰੀਬ 30 ਤੋਂ 40 ਬੰਦੇ ਜਿਹੜੇ ਹੈਗੇ ਆ ਜਿਹੜੇ ਇਹਨਾਂ ਨੇ ਪਿਛਲੇ ਕੁਛ ਅਰਸਿਆਂ ਤੋਂ ਵਿੱਚ ਇੱਥੋਂ ਕੱਢਿਆ ਹੈ, ਉਹਨਾਂ ਨੂੰ ਅਸੀਂ ਫਿਲਹਾਲ ਤੱਕ ਜਿਹੜਾ ਹੈਗੇ ਆ ਉਹਨਾਂ ਤੋਂ ਕਰੀਬ 20 ਤੋਂ 25 ਬੰਦੇ ਕੱਲ੍ਹ ਅਸੀਂ ਉਹਨਾਂ ਦੀ ਪੁੱਛਗਿੱਛ ਕੀਤੀ ਹੈ ਅਤੇ ਫਰਦਰ ਜਿਹੜੀ ਹੈਗੀ ਆ ਕੁਐਸਚਨਿੰਗ ਜਾ ਰਹੀ ਹੈ। ਪੈਸੇ ਹੈ ਉਹ ਪੈਸੇ ਅੰਦਰੋਂ ਚੋਰੀ ਕੀਤੇ ਗਏ ਜਾਂ ਵੈਨ ਦੇ ਵਿੱਚ ਆਲਰੇਡੀ ਪਹਿਲਾਂ ਹੀ ਸੀਗੇ? ਨਹੀਂ ਇਹ ਜਿਹੜੇ ਪੈਸੇ ਸੀਗੇ ਇਹ ਕੰਪਨੀ ਦਾ ਜਿਹੜਾ ਅੰਦਰ ਆਫਿਸ ਇਹਨਾਂ ਦਾ ਬਣਿਆ ਹੋਇਆ ਉੱਥੇ ਇਹਨਾਂ ਦੇ ਦੋ ਮੁੰਡੇ ਸੀਗੇ ਉਹ ਅਕਾਊਂਟਿੰਗ ਕਰ ਰਹੇ ਸੀਗੇ ਅਤੇ ਉੱਥੋਂ ਜਿਹੜੇ ਹੈਗੇ ਇਹਦੀ ਖੋਹ ਕੀਤੀ। ਸਰ ਜਿਹੜੇ ਕੈਸ਼ ਜੋ ਵੈਪਨ ਮਿਲੇ ਆ ਉਹ ਕਿਹਦੇ ਆ ਔਰ ਕਿਹੜੇ ਆ ਜੀ? ਨਹੀਂ ਇਸ ਬਾਰੇ ਹਾਲੇ ਤੱਕ ਅਸੀਂ ਤਸਦੀਕ ਨਹੀਂ ਜੀ। ਸਿਕਿਉਰਿਟੀ ਗਾਰਡ ਕੋਲ ਵੈਪਨ ਜ਼ਰੂਰ ਸੀਗੇ। ਹਾਂਜੀ ਅੱਖਾਂ ਦੇ ਵਿੱਚ ਮਿਰਚਾਂ ਵੀ ਪਾਈਆਂ ਸੀਗੀਆਂ। ਮੈਂ ਉਹੀ ਕਹਿ ਰਿਹਾ ਸੀਗਾ ਕਿ ਕੰਪਨੀ ਦੇ ਵਿੱਚ ਰਾਤੀ 5 ਬੰਦੇ ਜਿਹੜੇ ਹੈਗੇ ਆ ਕੰਮ ਕਰ ਰਹੇ ਸੀਗੇ, ਇੱਕ ਡਿਊਟੀ 'ਤੇ ਜਿਹੜਾ ਸੀਗਾ ਬੰਦਾ ਉਹ ਆਫ ਡਿਊਟੀ ਸੀਗਾ ਸਿਕਿਉਰਿਟੀ ਗਾਰਡ, 2 ਸਿਕਿਉਰਿਟੀ ਗਾਰਡ ਡਿਊਟੀ 'ਤੇ ਸੀਗੇ ਅਤੇ 2 ਬੰਦੇ ਕੈਸ਼ ਕਾਊਂਟਿੰਗ ਕਰ ਰਹੇ ਸੀਗੇ ਅਤੇ 4 ਬੰਦਿਆਂ ਨੂੰ ਉਹਨਾਂ ਦੇ ਹੱਥ ਭੰਨ ਕੇ ਅਤੇ ਉਹਨਾਂ ਨੂੰ ਇੱਕ ਸਰਵਰ ਰੂਮ ਇਹਨਾਂ ਨੇ ਬਣਾਇਆ ਹੋਇਆ ਉਹਦੇ ਵਿੱਚ ਬੰਦ ਕਰ ਦਿੱਤਾ ਸੀਗਾ। ਅਤੇ 8 ਤੋਂ 9 ਬੰਦੇ ਜਿਹੜੇ ਹੈਗੇ ਹਾਲੇ ਤੱਕ ਲੱਗ ਰਹੇ ਹੈ ਇੱਥੇ ਆਏ ਸੀ। ਜਿਹੜੇ ਕੈਸ਼ ਵੈਨ 'ਚੋਂ ਸਾਨੂੰ ਵੈਪਨ ਮਿਲੇ, ਸਾਨੂੰ 3 ਵੈਪਨ ਬਰਾਮਦ ਹੋ ਗਏ, ਉਹ 12 ਬੋਰ ਜਿਹੜੇ ਹੈਗੇ ਆ ਉਹ ਵੈਪਨ ਹੈਗੇ ਆ, ਉਹ ਸਿਕਿਉਰਿਟੀ ਗਾਰਡ ਦੇ ਹੀ ਨੇ, ਇਹਨਾਂ ਦੇ ਹੀ ਨੇ, 2 ਇਨਾ ਦੇ ਨੇ, ਇਹ ਖਾਲੀ ਅਸੀਂ ਤਸਦੀਕ ਕਰ ਰਹੇ ਮੈਂ ਜੀ ਹੁਣ ਸਾਨੂੰ ਆਹੀ ਦੱਸ ਰਿਹਾ ਬਰੀਫ ਕਰਨ ਦਾ ਸਭ ਤੋਂ ਇੰਪੋਰਟੈਂਟ ਪੁਆਇੰਟ ਤਾਂ ਇਹ ਸੀਗਾ ਕਿ ਸਾਡੇ ਜਿਹੜੇ ਮੇਰੇ ਮੀਡੀਆ ਦੇ ਸੱਜਣ ਹੈਗੇ ਆ, ਮੈਂ ਇਹਨਾਂ ਨੂੰ ਅਪੀਲ ਕਰਦਾ ਕਿ ਕੋਈ ਵੀ ਇਨਫੋਰਮੇਸ਼ਨ ਜਿਹੜੀ ਚਲਾਉਣੀ ਹੈ ਉਹ ਪਲੀਜ਼ ਵੈਰੀਫਾਈ ਕਰਕੇ ਚਲਾਓ। ਜਿਵੇਂ ਕੋਈ ਜੀ ਖਬਰ ਲਾ ਰਹਾ ਹੈ ਯੂਟਿਊਬ ਰਿਪੋਰਟਰ ਜੀ ਬੰਦੇ ਫੜ ਲਈਏ ਇਹ ਕਰ ਲਿਆ ਉਹ ਕਰ ਲਿਆ, ਕਾਈਂਡਲੀ ਕਿਸੇ ਨਾਲ ਦੱਸ ਕੇ ਜੀ ਰਿਊਮਰ ਮੌਂਗਰਿੰਗ ਕਾਈਂਡਲੀ ਨਾ ਕਰਿਓ, ਬਿਕੋਜ਼ ਸੈਂਸਿਟਿਵ ਕੇਸ ਹੈ ਜੀ, ਹੈ ਨਾ।
पहली गल। दूजी गल जिहड़ी जिहड़ी अपडेट सी फॉर फॉर एग्जाम्पल मैंने इन्हां नूं दस्सिया कि असी इत्थे जिहड़े बंदिआं दी क्वेश्चनिंग कीती है, कुछ बंदे असी उधरों जिहड़े बंदे हैगे उन्हां दी क्वेश्चनिंग कर रहे हैं, ते जिहड़ा मैं अमाउंट भी तुहानूं क्लीयर कर दित्ता जिहड़े क्योंकि वख वख जिहड़े यूट्यूब रिपोर्टर सीगे वो वख वख अमाउंट अपने अपने चैनलों पर चला रहे सीगे, ते इस करके ये बेसिकली इहदा परपज़ है कि जिहड़ा ऑफिशियल वर्जन जिहड़ा हैगा वो अपने लोगों तक अभी पहुँचा सकते जी। असी इतने तो बुलाया कि कंपनी के सामने जो इन दफ्तर है उत्थे असी बुला लिए क्योंकि साड़ी जी मैं भी इतने ही वर्क कर रहा साड़ी जी टीम है सारी ये आले दुआले क्राइम सी आले दुआले काम कर रही कंपनी की मैं तुम्हें पहले भी मैं पहले भी दस्या जी कंपनी का एक मेजर बहुत ही जिहड़ा आपां कहीए एक मेजर सिक्योरिटी लैप सीगा कि जे कंपनी मतलब इह किन्ना किन्ना वड्डा अमाउंट जिहड़ा इत्थे डील कर रही है हैंडल कर रही है। सारा डेटा कट के दे रहे हैं फर्स्ट थिंग ते दूजी थिंग जिहड़े नोट चोरी होए उन्हां दा एग्जैक्ट की डिनोमिनेशन सीगा एक तां कंपनी वाले सानू दस रहे कंपनी वाले सानू दस रहे जी। इस वाले एंगल से हाले असी वर्क कर रहे हैं।